ਬਹੁਤ ਹੀ ਸਤਿਕਾਰਯੋਗ ਬੇਰੁਜ਼ਗਾਰ ਸਾਥੀਓ, ਜਿਵੇਂ ਕਿ ਆਪਾਂ ਚੋਣ ਜਿਹੜਾ ਹੈਗਾ ਸੀ ਪ੍ਰਚਾਰ ਦਾਨ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਮੁਹਿੰਮ ਚਲਾਈ ਸੀ, ਉਸ ਦਾ ਪ੍ਰੈਸ਼ਰ ਸਰਕਾਰ 'ਤੇ ਬਣਾਇਆ ਸੀਗਾ ਅਤੇ ਨਾਲ ਦੀ ਨਾਲ ਹੀ ਆਪਾਂ ਚੋਣ ਜ਼ਾਬਤਾ ਹਟਦੇ ਹੀ ਜਿਹੜਾ ਅਨੰਦਪੁਰ ਦਾ ਜਿਹੜਾ ਐਕਸ਼ਨ 12 ਤਰੀਕ ਦਾ ਐਲਾਨ ਕੀਤਾ ਸੀ ਉਸ ਦਾ ਇੰਨਾ ਕੁ ਪ੍ਰੈਸ਼ਰ ਸੀ ਕਿ ਅੱਗੇ ਤਾਂ ਜਿਹੜੀਆਂ ਮੀਟਿੰਗਾਂ ਇਲੈਕਸ਼ਨ ਜਿਹੜਾ ਐਲਾਨ ਕਰਨ ਤੋਂ ਬਾਅਦ ਮਿਲਦੀਆਂ ਹੁੰਦੀਆਂ ਕੋਈ ਵੀ ਤਰੀਕ, ਪਰ 11 ਤਰੀਕ ਦੇ ਜਿਹੜਾ ਹੈਗਾ ਐਲਾਨ ਕੀਤਾ ਹੋਇਆ ਸੀ ਉਸ ਤੋਂ ਪਹਿਲਾਂ ਹੀ ਰਾਤ ਦਾ ਆਪਾਂ ਨੂੰ ਜਿਹੜਾ ਵਾਰ ਵਾਰ ਮੰਤਰੀ ਨੇ ਸੱਦੇ ਭੇਜ ਕੇ ਅੱਜ ਮੀਟਿੰਗ ਲਈ ਸੱਦਿਆ ਸੀ, ਉਹ ਮੀਟਿੰਗ ਕਰਕੇ ਅਸੀਂ ਬਾਹਰ ਆਏ ਹਾਂ। ਮੀਟਿੰਗ ਦਾ ਜਿਹੜਾ ਇੱਕ ਜਿਹੜਾ ਪੋਜ਼ਿਟਿਵ ਪੁਆਇੰਟ ਇਹ ਕਿਹਾ ਜਾ ਸਕਦਾ ਹੈ ਕਿ ਅੱਗੇ ਆਪਾਂ ਨੂੰ ਜਿਹੜੀ ਮੀਟਿੰਗ ਹੁੰਦੀ ਸੀ ਜਾਂ ਤਾਂ ਰਾਤ ਨੂੰ ਕੀਤੀਆਂ ਜਾਂਦੀਆਂ ਸੀ ਮੰਤਰੀ ਵੱਲੋਂ ਅਤੇ ਇਕੱਲਾ ਜਿਹੜਾ ਕਰਦਾ ਸੀਗਾ ਮੰਤਰੀ, ਅੱਜ ਦੀ ਮੀਟਿੰਗ ਦੇ ਵਿੱਚ ਮੰਤਰੀ ਆਪ ਤਾਂ ਬੈਠਾ ਹੀ ਸੀ, ਨਾਲ ਉਸਦੇ ਜਿਹੜਾ OSD ਹੈ ਗੁਲਸ਼ਨ ਛਾਬੜਾ, ਨਾਲ DPI ਦਫ਼ਤਰ ਦੇ ਜਿਹੜੇ ਅਧਿਕਾਰੀ, ਨਾਲ DGSC ਦਫ਼ਤਰ ਦੇ ਅਧਿਕਾਰੀ, ਇੱਥੋਂ ਤੱਕ ਕਿ ਜਿਹੜਾ ਆਪਣਾ ਭਰਤੀ ਬੋਰਡ ਹੈ ਉਸ ਦਾ ਜਿਹੜਾ ਹੈਗਾ ਹਰਪ੍ਰੀਤ ਆ ਜਿਹੜੇ ਇੰਚਾਰਜ ਆ ਜਿਹੜੇ ਉਹ ਵੀ ਬੈਠੇ ਸੀ, ਐਜੂਕੇਸ਼ਨ ਸੈਕਟਰੀ ਦਫ਼ਤਰ ਦੇ ਵੀ ਮੁਲਾਜ਼ਮ ਬੈਠੇ ਸੀ। ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜੀ ਹੈਗੀ ਹੈ ਤਰਤੀਬਵਾਰ ਆਪਣੀਆਂ ਮੰਗਾਂ 'ਤੇ ਗੱਲਬਾਤ ਹੋਈ ਹੈ। ਜਿਹੜੀਆਂ ਆਪਣੀਆਂ ਮੁੱਖ ਮੰਗਾਂ ਹੈ ਜਿਹਦੇ ਵਿੱਚ ਸਭ ਤੋਂ ਵੱਡੀ ਜਿਹੜੀ ਮਾਸਟਰ ਕੇਡਰ ਦੀ 55% ਵਾਲੀ ਸ਼ਰਤ ਦਾ ਮੁੱਦਾ ਹੈ, ਉਸ 'ਤੇ ਗੱਲ ਹੋਈ ਹੈ। ਉਮਰ ਹੱਦ ਜਿਹੜੀ ਆਪਾਂ ਦੇਣ ਦੀ ਗੱਲ ਕਰਦੇ ਹਾਂ ਇੱਕ ਮੌਕਾ, ਉਸ 'ਤੇ ਵੀ ਗੱਲ ਹੋਈ ਹੈ। ਜਿਹੜੀ ਭਰਤੀ ਆਪਾਂ ਚਾਹੁੰਦੇ ਹਾਂ, ਕਿਉਂਕਿ ਜਿਹੜਾ ਮਹਿਕਮਾ ਉਹ ਵਾਰ ਵਾਰ ਭਰਤੀ ਛੋਟੀ ਦੀ ਗੱਲ ਕਰਦਾ, ਆਪਣੀ ਇੱਕੋ ਮੰਗ ਹੈ ਕਿ ਭਰਤੀ ਸਾਨੂੰ ਵੱਡੀ ਦਿੱਤੀ ਜਾਵੇ ਤਾਂ ਕਿ ਜਿਹੜੇ ਸਾਰੇ ਸਾਥੀ ਉਸ ਵਿੱਚ ਆ ਸਕਣ, ਅਤੇ ਇਹ ਜਿਹੜੀਆਂ ਮੰਗਾਂ 'ਤੇ ਵਧੀਆ ਗੱਲਬਾਤ ਕੀਤੀ ਗਈ ਹੈ। ਮੰਤਰੀ ਵੱਲੋਂ ਜਿਹੜਾ ਮਹਿਕਮੇ ਦੇ ਨਾਲ ਸਾਰੀ ਗੱਲ 'ਤੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਹ ਕਿਹਾ ਗਿਆ ਕਿ ਅਗਲੇ ਹਫ਼ਤੇ ਜਿਹੜਾ ਹੈਗਾ ਇੱਕ ਹਫ਼ਤੇ ਬਾਅਦ ਫਿਰ ਜਿਹੜੀ ਰਿਵਿਊ ਮੀਟਿੰਗ ਇਹਨਾਂ ਮੰਗਾਂ 'ਤੇ ਕੀਤੀ ਜਾਊਗੀ। ਉਹਨਾਂ ਨੂੰ ਇਹ ਜਿਹੜਾ ਕਲੀਅਰ ਇੰਸਟਰਕਸ਼ਨ ਮੰਤਰੀ ਨੇ ਦਿੱਤੀਆਂ ਕਿ ਸਾਰੀਆਂ ਜਿਹੜੀਆਂ ਇਹ ਮੰਗਾਂ ਇਹਨਾਂ 'ਤੇ ਤੁਸੀਂ ਸਾਰਾ ਜਿਹੜਾ ਹੈਗਾ ਕੇਸ ਤਿਆਰ ਕਰਕੇ ਲੈ ਕੇ ਆਉਂਗੇ ਤਾਂ ਕਿ ਜਿਹੜੀਆਂ ਇਹਨਾਂ ਦੀਆਂ ਮੰਗਾਂ ਜਿਹੜੀਆਂ ਕਿਵੇਂ ਆਪਾਂ ਪੂਰੀਆਂ ਕਰ ਸਕਦੇ ਕੀਤੀਆਂ ਜਾ ਸਕਣ। ਨਾਲ ਹੀ ਜਿਹੜੇ ਆਰਟ ਐਂਡ ਕ੍ਰਾਫਟ ਦਾ ਜਿਹੜਾ ਆਪਣੇ ਹੈਗਾ ਭਰਤੀ ਨਿਕਲੀ ਹੋਈ ਹੈ ਪਰ ਪੇਪਰ ਲੈਣਾ ਬਾਕੀ ਹੈ, ਉਸ 'ਤੇ ਵੀ ਗੱਲ ਹੋਈ ਆ। ਮੰਤਰੀ ਨੇ ਕਿਹਾ ਕਿ ਇਸ 'ਤੇ ਜਲਦੀ ਵਿਚਾਰ ਕਰਕੇ ਅਸੀਂ ਦੇਖਦੇ ਹਾਂ ਵੀ ਕੋਰਟ ਨੇ ਕੀ ਡਿਸੀਜਨ ਦਿੱਤੇ ਆ ਅਤੇ ਅਸੀਂ ਪੇਪਰ ਦੀ ਤਰੀਕ ਇਹਦੀ ਐਲਾਨ ਕਰ ਦਿਆਂਗੇ। ਲੈਕਚਰਾਰ ਦੀ ਜਿਹੜੀ ਭਰਤੀ ਜਿਹੜੀ ਰੱਦ ਕੀਤੀ ਗਈ ਸੀ ਉਸ 'ਤੇ ਗੱਲ ਕੀਤੀ ਗਈ ਹੈ ਕਿ ਤੁਸੀਂ ਨੋਟੀਫਿਕੇਸ਼ਨ ਕਿਹਾ ਸੀ ਜਲਦੀ ਜਾਰੀ ਕਰਾਂਗੇ, ਉਸ 'ਤੇ ਵੀ ਜਿਹੜਾ ਮੰਤਰੀ ਦਾ ਇਹੀ ਜਿਹੜਾ ਸੀਗਾ ਅੱਗੋਂ ਜਵਾਬ ਕਿ ਇਸ 'ਤੇ ਵੀ ਜਿਹੜਾ ਹੈਗਾ ਜਿਹੜੀ ਸ਼ੋਧ ਹੈ ਉਸ 'ਤੇ ਜਿਹੜਾ ਕਰਕੇ ਅਸੀਂ ਜਲਦੀ ਜਿਹੜੀ ਕੈਬਨਿਟ ਹੈ ਉਸ ਦੀ ਮੀਟਿੰਗ ਤੋਂ ਬਾਅਦ ਇਸ ਦਾ ਵੀ ਜਿਹੜਾ ਇਸ਼ਤਿਹਾਰ ਦੁਆਰਾ ਜਾਰੀ ਕਰ ਦਿਆਂਗੇ। ਨਾਲ ਹੀ ਜਿਹੜੀਆਂ ਹੋਰ ਜਿਹੜੀਆਂ ਆਪਣੀਆਂ ਚਾਹੇ ਕੰਬੀਨੇਸ਼ਨ ਦਾ ਮੁੱਦਾ ਹੈ ਚਾਹੇ ਹੋਰ ਜਿੰਨੇ ਵੀ ਮਸਲੇ ਸਾਰਿਆਂ 'ਤੇ ਗੱਲਬਾਤ ਹੋਈ ਹੈ, ਕਾਫੀ ਪੋਜ਼ਿਟਿਵ ਜਿਹੜੀ ਗੱਲਬਾਤ ਹੋਈ ਹੈ। ਹੁਣ ਉਸ 'ਤੇ ਸਾਰਾ ਮੀਟਿੰਗ ਕਰਨ ਤੋਂ ਬਾਅਦ ਜਿਹੜੀ ਸੂਬਾ ਕਮੇਟੀ ਨੇ ਜਿਹੜਾ ਤੈਅ ਕੀਤਾ ਕਿ ਆਪਾਂ ਨੂੰ ਜੇਕਰ ਇਹਨਾਂ ਨੇ ਹਫ਼ਤੇ ਬਾਅਦ ਆਪਦੀ ਮੀਟਿੰਗ ਰੱਖੀ ਹੈ ਸਿੱਖਿਆ ਮੰਤਰੀ ਨੇ ਮਹਿਕਮੇ ਦੀ, ਤਾਂ ਇਸ ਲਈ ਆਪਾਂ ਨੂੰ ਜਿਹੜਾ ਹੈਗਾ ਇਹਨਾਂ ਨੂੰ ਟਾਈਮ ਉਹਨਾਂ ਦੇਣਾ ਬਣਦਾ, ਅਤੇ ਜਿਹੜਾ ਆਪਣਾ ਅਨੰਦਪੁਰ ਵਾਲਾ ਧਰਨਾ ਜਿਉਂ ਦਾ ਤਿਉਂ ਹੀ ਹੈ। ਤਰੀਕ ਜੋ ਜਿਹੜੀ ਹੈਗੀ ਹੈ ਜ਼ਰੂਰ ਆਪਾਂ ਜਿਹੜੀ 12 ਦੀ ਹੈ ਉਹ ਆਪਾਂ ਉਸ ਨੂੰ ਗਾਂਹ ਲੈ ਕੇ ਜਾ ਰਹੇ ਹਾਂ ਕਿ ਜੇਕਰ ਇਹ ਹਫ਼ਤੇ ਦੇ ਵਿੱਚ ਮੀਟਿੰਗ ਕਰਨ ਤੋਂ ਬਾਅਦ ਆਪਾਂ ਨੂੰ ਕੋਈ ਪੋਜ਼ਿਟਿਵ ਰਿਸਪੌਂਸ ਨਹੀਂ ਦਿੰਦੇ ਤਾਂ ਉਸ ਤੋਂ ਬਾਅਦ ਹੀ ਜਿਹੜਾ 23 ਤਰੀਕ ਜਿਹੜੀ ਹੈਗੀ 23 ਜੂਨ ਨੂੰ ਅਨੰਦਪੁਰ ਸਾਹਿਬ ਵਿਖੇ ਧਰਨਾ ਦਿੱਤਾ ਜਾਊਗਾ, ਘਰਾਓ ਕੀਤਾ ਜਾਊਗਾ। ਸਾਥੀਓ ਜਿਵੇਂ ਤਿਆਰੀਆਂ ਹੁਣ ਬੇਰੁਜ਼ਗਾਰ ਸਾਥੀਓ, ਮੈਂ ਜਸਵੰਤ ਸਿੰਘ ਕਵਾਇਆ, ਤੁਸੀਂ ਰਮਨ ਕੋਲੋਂ ਸੁਣ ਹੀ ਲਿਆ ਹੋਣਾ ਵੀ ਆਪਣੀਆਂ ਅੱਜ ਮੰਗਾਂ ਕਿਹੋ ਜਿਹੀਆਂ ਰਹੀਆਂ। ਬਹੁਤ ਵਧੀਆ ਰਹੀਆਂ, ਸਿੱਖਿਆ ਮੰਤਰੀ ਨਾਲ ਆਪਣੀ ਅੱਜ ਮੀਟਿੰਗ ਜਿਹੜੀ ਸੀ ਬਹੁਤ ਵਧੀਆ ਸਿਖਾਵੇਂ ਮੋਲ 'ਚ ਹੋਈ ਹੈ, ਤਾਂ ਸਾਥੀਓ ਤੁਹਾਡਾ ਹੰਗਾਰਾ ਬਹੁਤ ਵਧੀਆ ਮਿਲਿਆ। ਜਿਵੇਂ ਤੁਸੀਂ ਪਹਿਲਾਂ ਤਿਆਰੀਆਂ ਕੀਤੀਆਂ ਅਨੰਦਪੁਰ ਸਾਹਿਬ ਜਾਣ ਦੀਆਂ, ਤਾਂ ਮੈਂ ਕਿਤੇ ਸੋਚਦਾ ਵੀ ਤੁਸੀਂ ਹੁਣ ਜਿਹੜੀ ਆਉਣ ਵਾਲੀ ਤਿਆਰੀ, ਜੇ ਅੱਗੇ ਆਪਾਂ ਥੋੜਾ ਕੇਡਰ ਘੱਟ ਜਾ ਰਿਹਾ ਸੀ ਆਉਣ ਵਾਲੇ ਸਮੇਂ 'ਚ ਆਪਾਂ ਕਿਤੇ ਹੋਰ ਵੱਧ ਕੱਢ ਕੇ, ਤਾਂ ਸਾਥੀਓ 12 ਤਰੀਕ ਦਾ ਜਿਹੜਾ ਐਕਸ਼ਨ ਹੈ ਉਹ 12 ਨੂੰ ਨਹੀਂ ਆਪਾਂ 23 ਨੂੰ ਕਰਨ ਜਾ ਰਹੇ ਹਾਂ। ਸਾਥੀਓ ਇਸੇ ਤਰ੍ਹਾਂ ਪ੍ਰੈਸ਼ਰ ਬਣਾ ਕੇ ਰੱਖੋ, ਆਪਾਂ ਨੂੰ ਸਿੱਖਿਆ ਮੰਤਰੀ ਵੱਲੋਂ ਇੱਕ ਹਫ਼ਤੇ ਦਾ ਸਮਾਂ ਮੰਗਿਆ ਗਿਆ, ਸਮਾਂ ਆਪਾਂ ਨੂੰ ਦੇਣਾ ਫਰਜ਼ ਬਣਦਾ ਹੈ। ਮੇਰੀ ਤੁਹਾਨੂੰ ਸਾਰਿਆਂ ਨੂੰ ਅਪੀਲ ਹੈ 12 ਦਾ ਜਿਹੜਾ ਐਕਸ਼ਨ ਹੈ ਉਹ 23 ਨੂੰ ਕਰਾਂਗੇ, ਬਹੁਤ ਵਧੀਆ ਕਰਾਂਗੇ। ਸਾਥੀਓ ਇਸੇ ਤਰ੍ਹਾਂ ਬਣਾਈ ਰੱਖਿਓ। ਮੈਂ ਜਸਵੰਤ ਸਿੰਘ ਬਾਇਆ, ਧੰਨਵਾਦ ਸਾਥੀਓ।